ਸੋਹਿਲ ਖਾਨ ਦੋਸਤੋ ਅੱਜ ਦਾ ਦਿਨ ਹੈਗਾ ਜਿਹੜਾ ਕਿ ਸ਼ੁੱਕਰਵਾਰ ਤੇ ਇਹ ਸ਼ੁੱਕਰਵਾਰ ਤੁਹਾਡੇ ਲਈ ਵੀ ਬਹੁਤ ਖਾਸ ਹੈ ਤੇ ਮੇਰੇ ਲਈ ਵੀ ਬਹੁਤ ਖਾਸ ਹੈ ਕਿਉਂਕਿ ਮੂਵੀ ਰਿਲੀਜ਼ ਹੋ ਰਹੀ ਹੈ ਬਿਨੂ ਢਿੱਲੋਂ ਤੇ ਸਰਗੁਨ ਮਹਿਤਾ ਸਟਾਰਰ ਝੱਲੇ। ਤੁਸੀਂ ਪਹਿਲਾਂ ਵੀ ਇਹਨਾਂ ਦੋਨਾਂ ਦੀ ਕੈਮਿਸਟਰੀ ਨੂੰ ਕਾਲਾ ਸ਼ਾਹ ਕਾਲਾ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਦੇ ਚੁੱਕੇ ਹੋ ਤੇ ਅੱਜ ਫਿਰ ਲੋਕਾਂ ਦੀ ਅਦਾਲਤ ਦੇ ਵਿੱਚ ਮੂਵੀ ਲੱਗ ਚੁੱਕੀ ਹੈ ਜੀ ਝੱਲੇ। ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਚੰਡੀਗੜ੍ਹ ਦੇ ਵਿੱਚ ਪਿਕਾਰਲੀ ਦੇ ਵਿੱਚ ਤੇ ਲੋਕ ਜਿਹੜੇ ਕਿ ਨਾ ਉਹ ਮੂਵੀ ਦੇਖ ਰਹੇ ਨੇ ਤੇ ਹੁਣ ਨਾ ਲੋਕ ਆਉਣ ਵਾਲੇ ਹੀ ਨੇ ਤੇ ਅਸੀਂ ਲੋਕਾਂ ਤੋਂ ਪੁੱਛਾਂਗੇ ਕਿ ਉਹਨਾਂ ਨੂੰ ਇਹ ਮੂਵੀ ਕਿਵੇਂ ਦੀ ਲੱਗੀ। ਤਾਂ ਆ ਜਾਓ ਫਿਰ ਚੱਲੀਏ, ਆ ਜਾਓ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਫਤਿਹਜੀਤ ਹੈ ਜੀ। ਭਾਅ ਜੀ ਤੁਸੀਂ ਮੂਵੀ ਦੇਖ ਕੇ ਆਏ ਹੋ ਝੱਲੇ, ਕਿਵੇਂ ਦੀ ਲੱਗੀ ਮੂਵੀ? ਮੂਵੀ ਠੀਕ ਸੀਗੀ, ਓਵਰਆਲ ਐਂਟਰਟੇਨਮੈਂਟ ਹੈ। ਬਾਕੀ ਸਭ ਤੋਂ ਜ਼ਿਆਦਾ ਝੱਲਾ ਕੌਣ ਲੱਗਿਆ ਜੀ, ਬਿਨੂ ਢਿੱਲੋਂ ਕੇ ਸਰਗੁਨ ਮਹਿਤਾ? ਦੋਨਾਂ ਚੋਂ ਇੱਕ, ਦੋਵੇਂ ਇੱਕੋ ਜਿਹੇ ਸੀਗੇ ਜੀ, ਦੋਵੇਂ ਝੱਲੇ ਇੱਕੋ ਜਿਹੇ ਸੀ। ਤੇ ਮੂਵੀ ਦੇਖ ਕੇ ਲੋਕਾਂ ਨੂੰ ਝੱਲਾ ਕਰਤਾ ਕਿ ਨਹੀਂ? ਨਹੀਂ, ਜਿਸ ਤਰ੍ਹਾਂ ਐਕਸਪੈਕਟ ਕੀਤਾ ਸੀਗਾ ਕਾਮੇਡੀ ਹੋਊਗੀ, ਪਰ ਉਸ ਤਰੀਕੇ ਦੀ ਨਹੀਂ ਸੀਗੀ, ਪਰ ਠੀਕ ਸੀ, ਐਂਟਰਟੇਨਮੈਂਟ ਸੀਗੀ ਮੂਵੀ। ਹਾਂਜੀ, ਤੇ ਫਿਰ ਕਿੰਨੇ ਸਟਾਰ ਦੇਣਾ ਚਾਹੋਗੇ ਮੂਵੀ ਨੂੰ ਪੰਜਾਂ ਦੇ ਵਿੱਚੋਂ? 3.5। ਖਾਸ ਗੱਲ ਕੀ ਲੱਗੀ ਕਿ ਲੋਕ ਮੂਵੀ ਦੇਖਣ ਜਾਣੇ ਵਾਲੇ? ਅਲੱਗ ਜੀ ਮੂਵੀ ਹੈ, ਕੋਈ ਡਿਫਰੈਂਟ ਯੂਨੀਕ ਆਈਡੀਆ, ਮਤਲਬ ਡਿਫਰੈਂਸ ਇਹੋ ਜੀ ਮੂਵੀ ਕਦੇ ਬਣੀ ਨਹੀਂ ਪਹਿਲਾਂ, ਯੂਨੀਕ ਆਈਡੀਆ। ਅੱਜ ਫਿਰ ਕਿੰਨੇ ਸਟਾਰ ਦੇਣਾ ਚਾਹੋਗੇ ਮੂਵੀ ਨੂੰ ਪੰਜਾਂ ਦੇ ਵਿੱਚੋਂ? 5 ਤੋਂ 5 ਸਟਾਰ। ਮੂਵੀ ਵਧੀਆ ਸੀਗੀ, ਅਲੱਗ ਸਟੋਰੀ ਸੀਗੀ ਇਹਨਾਂ ਦੀ ਪੰਜਾਬੀ ਫਿਲਮਾਂ ਨਾਲੋਂ। ਹਾਂਜੀ, ਕਮੇਡੀ ਘੱਟ ਸੀਗੀ ਪਰ ਵਧੀਆ ਸੀ। ਹਾਂਜੀ, ਤੇ ਚੱਲੇ ਕਰਦਾ ਲੋਕਾਂ ਨੂੰ? ਝੱਲੇ ਮਤਲਬ ਠੀਕ ਹੈ, ਉਹ ਹੈ ਨਹੀਂ ਕਮੇਡੀ ਉਨੀ, ਮਤਲਬ ਸੀਰੀਅਸ ਜੀ ਫਿਲਮ। ਤੇ ਕੀ ਖਾਸ ਗੱਲ ਲੱਗੀ ਕਿ ਲੋਕ ਫਿਲਮ ਦੇਖਣ ਜਾਣ? ਬਸ ਵੇਖ ਲਓ, ਟਾਈਮ ਪਾਸ ਕਰ ਲਓ। ਹਾਂਜੀ, ਕਿੰਨੇ ਸਟਾਰ ਦੇਣਾ ਚਾਹੋਗੇ ਮੂਵੀ ਨੂੰ ਪੰਜਾਂ ਦੇ? 4 ਮਨਕਿਰਤ। ਭਾਈ ਤੁਸੀਂ ਮੂਵੀ ਦੇਖ ਕੇ ਆਏ ਹੋ ਝੱਲੇ, ਤੇ ਕਿੱਦਾਂ ਦੀ ਲੱਗੀ ਮੂਵੀ? ਮੂਵੀ ਠੀਕ, ਵਧੀਆ ਕਨਸੈਪਟ ਨਵਾਂ ਜਿਹਾ। ਬਾਕੀ ਇਹ ਸੀਗਾ ਕਿ ਬਾਹਲੀ ਬੋਰਿੰਗ ਜੀ ਵੀ ਥੋੜ੍ਹੀ ਪੁੱਛੀ ਗਈ, ਬਾਕੀ ਠੀਕ ਆ, ਓਵਰਆਲ ਓਕੇ ਆ। ਗੁੱਡ ਬੈਟਸ ਕਿਵੇਂ ਸੀ? ਠੀਕ ਹੈ ਜੀ, ਚੱਲੇ ਲੱਗ ਰਹੇ ਸੀ ਲੋਕ ਜੀ? ਹਾਂ, ਚੱਲੇ ਤਾਂ ਲੱਗ ਰਹੇ ਸੀਗੇ। ਹਾਂਜੀ, ਤੇ ਕਿੰਨੇ ਸਟਾਰ ਦੇਣਾ ਚਾਹੋਗੇ ਮੂਵੀ ਨੂੰ ਪੰਜਾਂ ਦੇ ਵਿੱਚੋਂ? ਬਈ 4.5 ਤਾਂ ਦੇਣੇ ਚਾਹੀਦੇ ਆ ਜੀ। ਹਾਂਜੀ, ਲਓ ਜੀ, ਤੇ ਇਹ ਸੀ ਮੇਰੇ ਨਾਲ ਚੰਡੀਗੜ੍ਹ ਦੇ ਉਹ ਵੀਰ ਜਿਹੜੇ ਕਿ ਮੂਵੀ ਦੇਖ ਕੇ ਆਏ ਨੇ, ਤੇ ਇਹਨਾਂ ਸਾਰਿਆਂ ਨੂੰ ਮੂਵੀ ਬਹੁਤ ਜ਼ਿਆਦਾ ਵਧੀਆ ਲੱਗੀ ਹੈ ਅਤੇ ਮੈਨੂੰ ਸਾਰਿਆਂ ਨੇ 4.5 ਅਤੇ 5 ਦੇ ਵਿੱਚੋਂ 5 ਸਟਾਰ ਦਿੱਤੇ ਨੇ। ਅਤੇ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਕਿ ਤੁਸੀਂ ਵੀ ਇਹ ਮੂਵੀ ਦੇਖ ਕੇ ਆਓ ਅਤੇ ਸਾਨੂੰ ਕਮੈਂਟ ਬੋਕਸ ਦੇ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਸ ਮੂਵੀ ਦੇ ਵਿੱਚ ਕੀ ਖਾਸ ਲੱਗਿਆ। ਅਤੇ ਹੁਣ ਮੈਨੂੰ ਯਾਨੀ ਕਿ ਸੋਹਿਲ ਖਾਨ ਨੂੰ ਦੇ ਦਿਓ ਇਜਾਜ਼ਤ, ਇੱਕ ਵਾਰੀ ਫਿਰ ਹਾਜ਼ਰ ਹੋਵਾਂਗਾ ਤੁਹਾਡੇ ਸਾਹਮਣੇ ਇੱਦਾਂ ਦਾ ਹੀ ਇੱਕ ਮੂਵੀ ਰਿਵਿਊ ਲੈ ਕੇ। ਤੇ ਉਦੋਂ ਤੱਕ ਦੇਖਦੇ ਰਹੋ ਤੁਸੀਂ ਫੇਮਸ ਪੰਜਾਬ ਟੀਵੀ, ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ ਸੋ ਮਚ।